लुधियाना में निजी संस्था की ओर से बेटियों के लोहड़ी मेले में मशहूर गायक कन्वर गरेवाल ने स्टेज से लाइव परफॉर्मेंस दी और भ्रूण हत्या, दाज प्रथा और बलात्कार जैसी बुराइयों को खत्म करने का संदेश अपनी गायकी के अंदाज से दिया। भावना बनाया और मनाना चाहिए सी, पर कहते उस तो बाद
ਮੁਲਖ ਦੇ ਕੁਝ ਸਿਆਣੇ ਬੰਦੇ ਬੈਠੇ ਇਹਦੇ ਚ ਕੀ ਆਪਣਾ ਕੰਮ ਹੈ ਜਿਹੜੇ ਆਪਣੀ ਜ਼ਿੰਦਗੀ ਚੋਂ ਕੱਢ ਦੇ ਕਿਹੜੇ ਕਿਹੜੇ ਕੰਮ ਮੁਸ਼ਕ ਲਿਖੇ ਗਏ ਆ ਗੌਰਤ ਨੇ ਕੀ ਅਸੀਂ ਸਾਢੇ 500 ਸਾਲ ਮਨਾ ਕੇ ਵਿਸ਼ਵ ਅਸੀਂ ਉੱਚੀ ਆਵਾਜ਼ ਚ ਲਾ ਲਾ ਕੇ ਜੈਕਾਰੇ ਜੀ ਸਾਡੇ ਆਂਢ ਗਵਾਂਢ ਚ ਵਸਦਿਆਂ ਨੂੰ ਭਰਮਾਉਣ ਨੂੰ ਫਿਰਦੇ ਆ ਵੇ ਸੁਣਿਆ ਬਾਬਾ ਤੂੰ ਤਾਂ ਕੱਲੇ ਭਾਵਨਾ ਮੰਨਦਾ ਏ ਅਸੀਂ ਕਮਲੇ ਲੋਕ ਤੈਨੂੰ ਪੈਸੇ ਨਾਲ ਮਨਾਉਣ ਨੂੰ ਫਿਰਦੇ ਆ ਸੁਣਿਆ ਨਾਨਕਾ ਕਿ ਅਸੀਂ ਧਰਮ ਦੇ ਨਾਂ ਤੇ ਇੱਕ ਦੂਜੇ ਨਾਲ ਲੜਨੋਂ ਹਟ ਜਾਗੇ ਗੱਲਾਂ ਉਹ ਤਾਂ ਭਾਵੇਂ ਸ਼ੀਸ਼ੇ 'ਚ ਜੜਾ ਕੇ ਰੱਖ ਲੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ ਇੱਕ ਪੰਕਤੀ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਸ਼ਬਦਾਂ ਦੀ ਖੇਤੀ ਕਰਕੇ ਖੇਤ 'ਚੋਂ ਇਹ ਫਸਲ ਦਿੱਤੀ ਹੈ ਪਰ ਇਸ ਫਸਲ ਨੂੰ ਦੇਖਣ ਦਾ ਭਾਵ ਕੀ ਹੈ ਨੀਅਤ ਕੀ ਹੈ ਕਿ ਅਸੀਂ ਧਰਮ ਦੇ ਨਾਂ ਤੇ ਇੱਕ ਦੂਜੇ ਨਾਲ ਲੜਨੋਂ ਹਟ ਜਾਗੇ ਕਿ ਅਸੀਂ ਗੁਰੂ ਘਰਾਂ ਵਿੱਚ ਇੱਕ ਦੂਜੇ ਦੀਆਂ ਪੱਕਾਂ ਫੜਨੋਂ ਹਟ ਜਾਗੇ ਕਿ ਅਸੀਂ ਗੁਰੂ ਘਰਾਂ ਵਿੱਚ ਇੱਕ ਦੂਜੇ ਦੀਆਂ ਪੱਕਾਂ ਫੜਨੋਂ ਬਾਬਾ ਮੇਰਾ ਪਿਆਰ ਬਿਨਾਂ ਨਾ ਬੋਲੇ ਉਹਦਾ ਪ੍ਰੇਮ ਪਤਾਸੇ ਘੋਲੇ ਗੁਰੂ ਨਾਨਕ ਪਿਆਰ ਬਿਨਾਂ ਨਾ ਬੋਲੇ ਉਹਦਾ ਪ੍ਰੇਮ ਪਤਾਸੇ ਘੋਲੇ ਸਾਡੇ ਕਰਮ ਤਾਂ ਆਪਣੇ ਆਪਣੇ ਹਿਸਾਬ ਕਿਤਾਬ ਦੇ ਚੱਲਦੇ ਨੇ ਬਾਬਾ ਕਹਿੰਦਾ ਗੁਰਪੁਰਬ ਦੇ ਦਿਨਾਂ ਚ ਮੈਂ ਕਹਿੰਦਾ ਧਰਨਾ ਡਰੈਸ ਵੀ ਬਹੁਤ ਸੋਹਣੀ ਪਾਊਂਗਾ ਸ਼ਾਂਤ ਜਿਹਾ ਰੰਗ ਪਾਊਂਗਾ ਕਿ ਲੱਗੇ ਵੀ ਗੁਰੂ ਨਾਨਕ ਦਾ ਪੋਤਾ ਹੈ ਔਰ ਕਹਿੰਦਾ ਉਹਨਾਂ 5-7 ਦਿਨਾਂ ਚ ਮੈਂ ਗੱਲਾਂ ਵੀ ਨਾ ਦਿਨ ਚ ਕੋਸ਼ਿਸ਼ ਕਰੂੰਗਾ ਓਦਾਂ ਵੀ ਕਰੂੰਗਾ ਕਿ ਮੈਂ ਲੱਗਾ ਯਾਰ ਵੀ ਮੈਂ ਸਤਸੰਗੀ ਹੈ ਵੀ ਪੰਜਾਬ ਚ ਗੁਰਪੁਰਬ ਦਾ ਐਟਮੋਸਫੀਅਰ ਹੈ ਓਦਾਂ ਦੀਆਂ ਗੱਲਾਂ ਜਿਹੀਆਂ ਮੈਂ ਕਈ ਵਾਰੀ ਬੈਠ ਕੇ ਕਰੂੰਗਾ ਔਰ ਮੈਂ ਗੁਰਦੁਆਰੇ ਵੀ ਗੇੜਾ ਮਾਰੂੰਗਾ ਮੈਂ ਕਹਿੰਦਾ ਜਿੱਥੇ ਕਿਤੇ ਸੰਗਤ ਹੋਊਗੀ ਉੱਥੇ ਵੀ ਜਾਊਂਗਾ ਨਾਲ ਦੇ ਨਾਲ ਵੀ ਗੱਲਾਂ ਕਰੂੰਗਾ ਹਾਂ ਵਾਹ ਧੰਨ ਆ ਨਾਨਕਾ ਤੇਰੀ ਬਾਣੀ ਪਰ ਕਹਿੰਦਾ ਗੁਰਪੁਰਬ ਤੋਂ ਬਾਅਦ ਜੇ ਕਿਤੇ ਮੈਨੂੰ ਮੇਰੇ ਬਿਜ਼ਨਸ 'ਚ ਉਂਗਲ ਮਾੜੀ ਮੋਟੀ ਟੇਢੀ ਕਰਨੀ ਪਈ ਕਹਿੰਦਾ ਮੈਂ ਸਾਰੀ ਨੂੰ ਸੇਖ ਦਾ ਕਰੂੰਗਾ ਬਾਤ ਕਰੀ ਹੈ ਸੱਚੀ ਹੈ ਕਹਿੰਦਾ ਕਹਿੰਦਾ ਮੈਂ ਉਂਗਲ ਟੇਢੀ ਥੋੜ੍ਹੀ ਜਿਹੀ ਕਰੂੰਗਾ ਫਿਰ ਐਵੇਂ ਨਾ ਕਹੀ ਯਾਰ ਗੁਰਪੁਰਬ ਕਿਤੇ ਗਿਆ ਇਸੇ ਕਰਕੇ ਕਹਿੰਦਾ ਮੈਂ ਲਿਖ ਦਿੰਦਾ ਕਿ ਕਰਮ ਤਾਂ ਮੇਰੇ ਆਪਣੇ ਹਿਸਾਬ ਕਿਤਾਬ ਨਾਲ ਚੱਲਦੇ ਨੇ ਵੈਸੇ ਕੱਲੀ ਬਾਤੀ ਮਨੁਆ ਤੇਰੇ ਨਾਲ ਲਾਉਣ ਨੂੰ ਫਿਰਦੇ ਆ ਕਿ ਸੁਣਿਆ ਹੈ ਬਾਬਾ ਤੂੰ ਤਾਂ ਕੱਲੇ ਭਾਵਨਾ ਮਿਲਦਾ ਏ ਅਸੀਂ ਕਮਲੇ ਲੋਕ ਤੈਨੂੰ ਪੈਸੇ ਨਾਲ ਮਨਾਉਣ ਨੂੰ ਫਿਰਦੇ ਆ ਅਸੀਂ ਕਮਲੇ ਲੋਕ ਤੈਨੂੰ ਪੈਸੇ ਨਾਲ ਮਨਾਉਣ ਨੂੰ ਫਿਰਦੇ ਆ ਅਸੀਂ ਭੋਲੇ ਲੋਕ ਤੈਨੂੰ ਪੈਸੇ ਮਾਂ ਇਹ ਖੁਪਾਈ ਪਾਲੇ ਆ
मिठिया मिठिया यादा होंगे चंग्याई का जिक्र होना लाजमी है। आप ये गल तो चलो सब नू पता ही है कि धियां पुत सब बराबर ही है पर यह है कि यह जे दिन होंगे जो याद करवा जाते हैं कि स्पैशलिस्ट ही है ना वो बेसिक्स की है। तो इतने जो भी विद्वान आए हो कुछ चंगा बोले हो क्यों इक्वल है बेटा तो बेटी है ना वो कारण दसे हो उन्होंने कुछ मैं भी अपने गीतों जरिए पढ़ने की कोशिश करूँगा। तो बस ये चंग्याई है तो बस यू दोहराइए अच्छ फिर आप बस जिम्मेवारी है सजनों इस माइक की बहुत बड़ी जिम्मेवारी है नैटवर्क की साड़ी बहुत गाने वाले की फिल्म वाले की साढ़े लीडर साहबाना की साढ़े सेवादारा की गुरु घर असी सब रिसपोंसीबल हैं समाज लिए तो असी सारे ऑनेस्टली काम करिए
चंगा सच ते झूठ आपां सारा खरा बोलीए सारे डिपार्टमेंट रल के ते सुधार होवे बस यही है। हाँ जी।